ਜੀ ਸਾਥੀ ਔਰ ਦੋਸਤੋ, ਤੁਹਾਡੇ ਸਾਹਮਣੇ ਮੈਂ ਇੱਕ ਛੋਟਾ ਜਿਹਾ ਤਜਰਬਾ ਕਰਨ ਲੱਗਾ। ਇਹ ਦੋ ਖਾਲੀ ਗਲਾਸ, ਇਹਨਾਂ ਦੋ ਖਾਲੀ ਗਲਾਸਾਂ ਦੇ ਵਿੱਚ ਮੈਂ ਬਿਲਕੁਲ ਸਾਫ ਪਾਣੀ ਪਾਉਣਾ, ਇਹ ਪਾਣੀ ਪਾਉਣ ਤੋਂ ਬਾਅਦ ਇਹਨਾਂ ਦੋਵਾਂ ਗਲਾਸਾਂ ਦੇ ਵਿੱਚ ਮੈਂ ਆਪਣੀ ਜੇਬ ਚੋਂ ਕੱਢ ਕੇ ਇੱਕ ਗਲਾਸ ਦੇ ਵਿੱਚ ਕਦਰੇ ਸੁਥਰੇ ਔਰ ਸਾਫ ਨੋਟ, ਚਾਰ ਨੋਟ ਪਾਏ ਨੇ ਇਹਦੇ ਵਿੱਚ, ਔਰ ਇੱਕ ਗਲਾਸ 'ਚ ਕਦਰੇ ਗੰਦੇ ਨੋਟ ਜਿਹੜੇ ਜ਼ਿਆਦਾ ਇਸਤੇਮਾਲ ਸ਼ੁਦਾ ਨੇ। ਇਹ ਨੋਟ ਥੋੜ੍ਹੀ ਦੇਰ ਡਿਪ ਰੱਖਣੇ ਨੇ, ਜਿੰਨੀ ਚਿਰ ਇਹ ਡਿਪ ਰਹਿਣਦੇ ਉਨੀ ਦੇਰ ਤੁਹਾਨੂੰ ਮੈਂ ਸਮਝਾਉਣ ਦੀ ਖਾਤਰ ਇੱਕ ਨਜ਼ਮ ਸੁਣਾਉਣਾ। ਅਗਰ ਇਸ ਤਰੀਕੇ ਨਾਲ ਵੀ ਸਮਝ ਆ ਜਾਏ ਤਾਂ ਜਿਹਨੂੰ ਸਮਝ ਆ ਜਾਏ ਅੱਲਾ ਕਰੇ ਉਹ ਤੇ ਜਰਾਸੀਮ ਤੋਂ ਵੱਧ ਜਾਏ। ਵੇਖ ਲਓ ਜੀ, ਵੇਖ ਲਓ ਸਾਰੇ ਘਰ, ਵੇਖ ਲਓ ਬਾਹਰ ਵਾਲੇ, ਵੇਖ ਲਓ ਤੇ ਡੇਰੇਦਾਰ, ਵੇਖ ਲਓ ਚੈਰੀ ਵਾਲੇ, ਵੇਖ ਲਓ ਤੇ ਕੀਵੀ ਵਾਲੇ, ਵੇਖ ਲਓ ਬੱਚੇ ਵਾਲੇ, ਵੇਖ ਲਓ ਤੇ ਬੀਵੀ ਵਾਲੇ, ਵੇਖ ਲਓ ਇੰਡੀਆ ਇਰਾਨ ਤੇ ਯੂਨਾਨ ਵਾਲੇ, ਵੇਖ ਲਓ ਅਮਰੀਕਾ ਮਿਸਰ ਤੇ ਸ਼ਾਮ ਵਾਲੇ, ਵੇਖ ਲਓ ਰੋਟੀ ਤੇ ਚੌਲ ਤੇ ਦਾਲ ਵੱਲ ਜਾਓ ਅੱਲਾ ਵਾਸਤੇ ਦੋਸਤੋ, ਹੱਥ ਧੋ ਕੇ ਲਾਓ, ਪਸੀਨਾ ਵੀ ਨੋਟ ਨਾਲ ਇੰਜ ਸਾਫ਼ ਕਰਦੇ, ਪਸੀਨਾ ਵੀ ਨੋਟ ਨਾਲ ਇੰਜ ਸਾਫ਼ ਕਰਦੇ ਡਾਕਟਰ ਜਿਵੇਂ ਮਰੀਜ਼ ਨਾਲ ਕਰਦੇ। ਬਾਰ ਬਾਰ ਥੁੱਕ ਲਾ ਕੇ ਗਿਣਦੇ ਨੇ ਨੋਟਾਂ ਨੂੰ, ਵੋਟਾਂ ਵਾਲੇ ਜਿਵੇਂ ਫਿਰਦੇ ਨੇ ਵੋਟਾਂ ਨੂੰ, ਮਾੜੇ ਵੀ ਵੇਖ ਲਓ ਤੇ ਫਿੱਟੇ ਵੀ ਵੇਖ ਲਓ, ਗੈਰ ਕਾਸ਼ਤਕਾਰ ਨਾਲੇ ਕਾਸ਼ਤਕਾਰ ਵੇਖ ਲਓ, ਸਾਬਣ ਵਾਲੇ ਸਰਫ ਵਾਲੇ ਡਾਕਦਾਰ ਵੇਖ ਲਓ, ਹਰ ਪਾਸੇ ਜਰਾਸੀਮ ਸਾਰਾ ਮਾਲ ਵੇਖ ਲਓ, ਕਬਾੜੀਏ ਤੇ ਕੁੱਕ ਵੀ ਕਚਹਿਰੀ ਵਾਲੇ ਵੇਖ ਲਓ, ਹਸਪਤਾਲਾਂ ਪੈਸਿਆਂ ਨੂੰ ਜਿਹਨੇ ਜਿਹਨੇ ਗੰਦ ਲਾਇਆ ਵੇਖ ਲਓ, ਪੈਸਿਆਂ ਨੂੰ ਜਦ ਵੀ ਤੁਸੀਂ ਹੱਥ ਲਾਉਣਾ ਮੱਛੀ ਜਾਂ ਬਾਕਰਾ ਹੱਥ ਧੋ ਕੇ ਖਾਣਾ। ਲਓ ਜੀ ਨੋਟਾਂ ਨੂੰ ਮੈਂ ਧੋ ਧੋ ਕੇ ਜਰਾਸੀਮ ਲਾ ਰਿਹਾ, ਪੁਰਾਣਿਆਂ ਤੋਂ ਫੇਰ ਕਿਤੇ ਕੋਰੇ ਮੈਂ ਬਣਾ ਰਿਹਾ। ਸਭ ਵਾਸਤੇ ਮੇਰੀ ਇਹ ਦੁਆ ਵੇ, ਤੁਹਾਨੂੰ ਕੁਝ ਹੋਵੇ ਨਾ, ਨਿੱਕਾ ਨਿੱਕਾ ਬਾਲ ਬੱਚਾ ਕਦੀ ਰੋਵੇ ਨਾ। ਇਹ ਨਜ਼ਮ ਸੁਣਾਉਣ ਦਾ ਮਕਸਦ ਕਿ ਤੁਹਾਨੂੰ ਕੁਝ ਸਮਝ ਆਵੇ, ਜਿਹੜੀ ਨਹੀਂ ਸਮਝ ਆਈ ਉਹ ਮੈਂ ਸਾਰੀ ਜ਼ਬਾਨ ਸਮਝਾ ਦੇਣਾ। ਤੁਸੀਂ ਛੋਟਿਆਂ ਛੋਟਿਆਂ ਬੱਚਿਆਂ ਨੂੰ ਪੈਸੇ ਦਿੰਦੇ ਹੋ, ਉਹ ਪੈਸੇ ਜੇਬ 'ਚ ਪਾ ਲੈਂਦੇ ਨੇ, ਉਹ ਪੈਸੇ ਮੂੰਹ 'ਚ ਪਾ ਲੈਂਦੇ ਨੇ, ਉਹ ਪੈਸੇ ਮੂੰਹ 'ਚ ਪਾ ਕੇ ਉਹ ਵੀ ਹੱਥ ਨਾਲ ਆਪਣੀ ਨੋਜ਼ੀ 'ਤੇ ਲਾਉਂਦੇ ਨੇ, ਨੋਜ਼ੀ ਸਾਫ਼ ਕਰਦੇ ਨੇ, ਉਹਨਾਂ ਪੈਸਿਆਂ ਨੇ ਉਹ ਦੁਕਾਨ 'ਤੇ ਲੈ ਜਾਂਦੇ ਨੇ। ਉਹ ਹੀ ਦੁਕਾਨਦਾਰ ਚਾਹੇ ਉਹ ਕਸਾਈ ਦੀ ਸ਼ਕਲ 'ਚ ਹੋਵੇ, ਅਤੇ ਕਸਾਈ ਉਸੇ ਹੱਥ ਨਾਲ ਕੁਝ ਸਾਫ਼ ਕਰਦਾ ਹੈ, ਉਹ ਫਿਰ ਡਾਕਟਰ ਕੋਲ ਜਾਂਦੇ ਨੇ ਪੈਸੇ ਦੁਬਾਰਾ, ਉਹ ਮਰੀਜ਼ ਨੇ ਇਸ ਤਰ੍ਹਾਂ ਸਾਫ਼ ਕਰਕੇ ਉਹਦੇ ਜ਼ਖਮ ਨੇ ਪੀਪ ਵਾਲਾ ਕੋਈ ਹਿੱਸਾ ਹੋਵੇ ਉਹਨੂੰ ਟੀਕਾ ਲਾ ਕੇ ਉਹਨੂੰ ਪੈਸੇ ਨੱਪ ਕੇ ਫਿਰ ਆਪਣੀ ਜੇਬ 'ਚ ਪਾਉਂਦਾ ਹੈ। ਉਹ ਵੀ ਕਰਿਆਨੇ ਕੋਲ ਜਾਂਦੇ ਨੇ, ਉਹ ਹੀ ਪੈਸੇ ਫਿਰ ਮੱਛੀ ਮੰਡੀ 'ਤੇ ਵੀ ਜਾਂਦੇ ਨੇ, ਉਹ ਹੀ ਪੈਸੇ ਕਿਸੇ ਗੋਬਰ ਵਾਲੇ ਕੋਲ ਵੀ ਜਾਂਦੇ ਨੇ, ਉਹ ਹੀ ਪੈਸੇ ਫਿਰ ਮੁਰਗੀ ਫਾਰਮ ਵਾਲੇ ਕੋਲ ਵੀ ਜਾਂਦੇ ਨੇ। ਇੰਨੇ ਕੁ ਜਰਾਸੀਮ ਲੰਘ ਚੁੱਕੇ ਹੁੰਦੇ ਨੇ, ਆਖਿਰ 'ਤੇ ਆ ਕੇ ਜਿਸ ਵੇਲੇ ਕਿਸੇ ਮੇਰੇ ਜੇ ਬੰਦੇ ਕੋਲ ਆਉਂਦੇ ਨੇ ਨਾ ਪੈਸੇ, ਉਹ ਫਿਰ ਬੜਾ ਖੁਸ਼ ਹੋ ਕੇ ਗਿਣਦਾ, ਬੜਾ ਸਵਾਦ ਦਾ ਕੰਮ ਇਹ। ਲਓ ਜੀ ਦੋ ਤਰੇ, ਬਾਰ ਬਾਰ ਇਹ ਸਾਰੇ ਜਰਾਸੀਮ, ਇਹ ਸਾਰੇ ਜਾਨ ਦੇ ਜਰਾਸੀਮ ਇਕੱਠੇ ਹੋ ਜਾਂਦੇ ਨੇ, ਆਪਣੇ ਅੰਦਰ ਲੈ ਜਾਂਦੇ ਆ, ਫਿਰ ਖਿਆਲ ਕਰਨੇ ਆ ਖਾਧਾ ਵੀ ਕੁਝ ਨੇ, ਐਦਾ ਪਤਾ ਨਹੀਂ ਕਿਉਂ ਹੋ ਗਿਆ, ਐਦਾ ਨਹੀਂ ਹੋਣਾ ਤੇ ਹੋਰ ਕੀ ਹੋਣਾ। ਇੰਨੇ ਜਰਾਸੀਮ ਅਸੀਂ ਧੱਕੋ ਧੱਕੀ ਗੈਰ ਦਨਿਸ਼ਤਾ ਤੌਰ ਤੇ ਆਪਣੇ ਅੰਦਰ ਲੈ ਜਾਂਦੇ। ਹੁਣ ਥੋੜ੍ਹੀ ਦੇਰ ਹੋ ਗਈ ਹੈ ਡਿਪ ਹੋਇਆ ਇਹਨਾਂ ਨੋਟਾਂ, ਤੁਹਾਨੂੰ ਅੰਦਾਜ਼ਾ ਹੋ ਜਾਏ ਇਹਦਾ ਕਿ ਵਾਕਈ ਇਹਨਾਂ ਨੋਟਾਂ ਨਾਲ ਜਰਾਸੀਮ ਹੁੰਦੇ ਨੇ ਕਿ ਨਹੀਂ। ਆ ਪਹਿਲਾਂ ਇਹ ਸਾਫ਼ ਨੇ ਨੋਟ, ਕਦਰੇ ਸਾਫ਼ ਸਨ, ਇਹਨਾਂ ਨੂੰ ਧੋ ਕੇ ਵੇਖਦੇ ਹਾਂ ਕਿ ਜਰਾਸੀਮ ਹੈ ਨੇ ਕਿ ਕੋਈ ਨਾ, ਗੰਦਗੀ ਹੈ ਕਿ ਨਹੀਂ। ਇਹ ਨਿਦਾ ਇਹ ਨਹੀਂ, ਤੁਸੀਂ ਆਪ ਵੀ ਆਪਣੇ ਚੰਦ ਇਸਤੇਮਾਲ ਸ਼ੁਦਾ ਜਿਹੜੇ ਥੋੜ੍ਹੇ ਜਿਹੇ ਪੁਰਾਣੇ ਨੋਟ ਨੇ, ਗੰਦੇ ਨੋਟ ਨੇ, ਉਹਨਾਂ ਡਿਪ ਕਰਕੇ ਵੇਖੋ, ਰੱਖੋ ਅਤੇ ਉਹਨਾਂ ਨੂੰ ਧੋਵੋ, ਅਤੇ ਇਹ ਯਾਦ ਹੋਵੇਗਾ ਜਿਹੜਾ ਵੇਖੋ ਉਹਨਾਂ ਕਦਰੇ ਸੁਥਰੇ ਸਨ, ਵੇਖੋ ਕਦਰੇ ਸੁਥਰੇ ਜਿਹੜੇ ਨੋਟ ਸਨ ਉਹਨਾਂ ਨਾਲ ਪਾਣੀ ਸਾਫ਼ ਰਿਹਾ, ਇਹ ਹੁਣ ਜਰਾਸੀਮ ਦੇ ਨਾਲ ਭਰਿਆ, ਕਦੀ ਵੀ ਪੀਤਾ ਨਹੀਂ ਜਾ ਸਕਦਾ। ਅਗਰ ਇਹ ਪਾਣੀ ਨਹੀਂ ਪੀਤਾ ਜਾ ਸਕਦਾ ਤਾਂ ਇਹਨਾਂ ਨੋਟਾਂ ਨਾਲ ਹੱਥ ਲਾ ਕੇ ਤੁਸੀਂ ਖਾਣਾ ਕਿਸ ਤਰ੍ਹਾਂ ਖਾ ਸਕਦੇ ਹੋ? ਇਹਨਾਂ ਨੂੰ ਬੜੇ
ਤੁਸੀਂ ਫਿਰ ਬਾਰ ਬਾਰ ਥੁੱਕ ਲਾ ਕੇ, ਹਰ ਬੰਦਾ ਹੀ ਇਸ ਰੂਟੀਨ ਚ ਕਿਸ ਤਰ੍ਹਾਂ ਗਿਣਦਾ, ਤੁਸੀਂ ਆਪਣਿਆਂ ਤੇ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਹੋਇਆ ਇਤਿਹਾਤ ਕਰੋ, ਆਪਣਾ ਖਿਆਲ ਰੱਖੋ ਤੇ ਮੁਲਕ ਦੀ ਹਿਫਾਜ਼ਤ ਹੋਵੇਗੀ। ਜਿਹਨੂੰ ਜਿਹਨੂੰ ਸਮਝ ਆ ਗਈ ਹੈ ਮੇਰੀ ਗੱਲ ਦੀ ਉਹ ਅੱਗੇ ਸ਼ੇਅਰ ਕਰਦੇ, ਜਿਹਨੂੰ ਨਹੀਂ ਸਮਝ ਆਈ ਉਹਦਾ ਅੱਲਾ ਹੀ ਆਫਸ।